ਸੂਟਕੇਸ ਦੇ ਬੇਸੁੱਧ ਪਿਆਇ ਮਾਸੂਮ ਤੇ ਤਪਦੀ ਗਰਮੀ ਵਿੱਚ ਬਿਹਾਲ ਹਾਲਤ ਵਿੱਚ ਸੂਟਕੇਸ ਨੂੰ ਖਿੱਚ ਰਹੀ ਉਸ ਦੀ ਮਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਮਜ਼ਦੂਰਾਂ ਦੇ ਸੜਕਾਂ ਉੱਪਰ ਰਲਣ ਦੀਆਂ ਤਸਵੀਰਾਂ ਦਰਮਿਆਨ ਇਹ ਰੂਹ ਚੰਜੂੜ ਦੇਣ ਵਾਲੀ ਤਸਵੀਰ ਉੱਤਰ ਪ੍ਰਦੇਸ਼ ਦੇ ਆਗਰਾ ਹਾਈਵੇ ਤੋਂ ਸਾਹਮਣੇ ਆਈ ਹੈ ਪਰ ਸਰਕਾਰ ਦੀ ਰੂਹ ਕਦੋਂ ਚੰਜੂੜੀ ਜਾਵੇਗੀ ਇਸ ਦਾ ਇੰਤਜ਼ਾਰ ਹੈ ਪਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰੂਹ ਰੂਹ ਇਸ ਤਸਵੀਰ ਨੇ ਜ਼ਰੂਰ ਚੰਜੋੜਿਆ ਹੈ ਇਸ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਸਿਕਤਰਾਂ ਆਗਰਾ ਦੇ ਡੀਐਮ ਤੋਂ ਜਵਾਬ ਤਲਬ ਕੀਤਾ ਹੈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੋਵੇਂ ਸੂਬਿਆਂ ਦੇ ਅਧਿਕਾਰੀਆਂ ਦੀ ਸੁਵੇਦਨਹੀਨਤਾ ਤੇ ਵੀ ਸਵਾਲ ਚੁੱਕੇ ਨੇ ਕਮਿਸ਼ਨ ਨੇ 4 ਹਫ਼ਤਿਆਂ ਚ ਮਾਮਲੇ ਦੀ ਵਿਸਤਾਰ ਸਹਿਤ ਰਿਪੋਰਟ ਸਮੇਤ ਦੋਸ਼ੀ ਅਧਿਕਾਰੀਆਂ ਤੇ ਕੀਤੀ ਗਈ ਕਾਰਵਾਈ ਦਾ ਬਿਉਰਾ ਵੀ ਤਲਬ ਕੀਤਾ ਹੈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਪ੍ਰਵਾਸੀ ਮਹਿਲਾ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਆ ਗਈ ਪਰ ਬੱਚੇ ਅਤੇ ਉਸਦੇ ਪਰਿਵਾਰ ਦੀ ਸਥਿਤੀ ਨੂੰ ਦੇਖ ਕੇ ਉਸਦੀ ਮਦਦ ਨਹੀਂ ਕੀਤੀ ਜਾ ਸਕੇ ਦੋਵੇਂ ਸੂਬਿਆਂ ਦੇ ਸਥਾਨਕ ਅਧਿਕਾਰੀਆਂ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਕਮਿਸ਼ਨ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਨੁੱਖੀ ਅਧਿਕਾਰ ਦੇ ਲਿਹਾਜ਼ ਨਾਲ ਅਜਿਹੇ ਮਾਮਲਿਆਂ ਵਿੱਚ ਦਖਲ ਦੇਣ ਲਈ ਕਿਹਾ ਹੈ ਤੁਹਾਨੂੰ ਦੱਸ ਦਈਏ ਕਿ ਵਾਇਰਲ ਵੀਡੀਓ 'ਚ ਇੱਕ ਮਹਿਲਾ ਆਪਣੇ ਮਾਸੂਮ ਬੇਟੇ ਨੂੰ ਟਰਾਲੀ ਵਾਲੇ ਸੂਟਕੇਸ ਤੇ ਲਟਾ ਕੇ ਖਿੱਚਦੇ ਹੋਏ ਨਜ਼ਰ ਆ ਰਹੀ ਹੈ ਬੱਚਾ ਬੇਸੁਧ ਹਾਲਤ ਵਿੱਚ ਅਨੇਂਦਰਾ ਇਸ ਸੂਟਕੇਸ ਤੇ ਪਿਆ ਹੈ ਅਤੇ ਉਹ ਔਰਤ ਇਸ ਨੂੰ ਖਿੱਚ ਰਹੀ ਹੈ ਮਹਿਲਾ ਦੇ ਨਾਲ ਕਈ ਹੋਰ ਲੋਕ ਵੀ ਪੈਦਲ ਜਾ ਰਹੇ ਹਨ ਮਜ਼ਦੂਰਾਂ ਦਾ ਇਹ ਦਲ ਪੰਜਾਬ ਤੋਂ ਪੈਦਲ ਚੱਲ ਕੇ ਆਇਆ ਇਹ ਸਾਰੇ ਚਾਂਸੀ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਨੇ ਇਹ ਮਜ਼ਦੂਰ ਬੁੱਧਵਾਰ ਨੂੰ ਆਗਰਾ ਪਹੁੰਚੇ ਸਨ ਇਸ ਵੀਡੀਓ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਹੈ ਕਿ ਪੈਦਲ ਚੱਲਦਿਆਂ ਚੱਲਦਿਆਂ ਜਦੋਂ ਮਾਸੂਮ ਥੱਕ ਜਾਂਦਾ ਤਾਂ ਉਸ ਦੀ ਮਾਂ ਨੇ ਉਸ ਨੂੰ ਟਰਾਲੀ ਵਾਲੇ ਸੂਟਕੇਸ ਤੇ ਦਾ ਦਿੱਤਾ ਜਾਂਦਾ ਇਸ ਤੋਂ ਬਾਅਦ ਮਾਂ ਨੇ ਕਈ ਕਿਲੋਮੀਟਰ ਤੱਕ ਸੂਟਕੇਸ ਨੂੰ ਖਿੱਚ ਕੇ ਸਫ਼ਰ ਤੈਅ ਕੀਤਾ ਬੁੱਧਵਾਰ ਨੂੰ ਇਹ ਮਜ਼ਦੂਰ ਆਗਰਾ ਪਹੁੰਚੇ ਸੂਟਕਿਸ ਤੇ ਲੇਟੇ ਮਾਸੂਮ ਨੂੰ ਦੇਖ ਕੇ ਲੋਕਾਂ ਨੇ ਮਹਿਲਾ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਪੰਜਾਬ ਤੋਂ ਇਸੇ ਤਰ੍ਹਾਂ ਹੀ ਸਫ਼ਰ ਤੈਅ ਕਰਕੇ ਆਏ ਨੇ ਉਹਨਾਂ ਨੇ ਚਾਂਸੀ ਤੱਕ ਜਾਣਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਵੀ ਪੱਕੀ ਹੈ ਸਮਾਜਵਾਦੀ ਪਾਰਟੀ ਦੇ ਕੌਮੀ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਗਲੇ ਯਾਦਵ ਨੇ ਬੱਚੇ ਦਾ ਵੀਡੀਓ ਟਵੀਟ ਕਰ ਲਿਖਿਆ ਕਿ ਸਰਕਾਰ ਤੋਂ ਉਮੀਦ ਕਰਦਿਆਂ ਕਰਦਿਆਂ ਜਦੋਂ ਹਾਰ ਗਈਏ ਤਾਂ ਆਤਮ ਨਿਰਭਰ ਹੋ ਕੇ ਬੇਬਸ ਲੋਕਾਂ ਨੇ ਆਪਣੀ ਗੱਡੀ ਕੁਰਚਾ ਦਿੱਤੀ ਇਸ ਟਵੀਟ ਜਰੀਏ ਉਹਨਾਂ ਨੇ ਸਿੱਧਾ-ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਦੇ ਨਾਰੇ ਉੱਪਰ ਤੰਜ ਕੱਸਿਆ ਹੈ ਪਰ ਇਹ ਤਸਵੀਰਾਂ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰਨ ਵਾਲੀਆਂ ਹਨ ਅਤੇ ਪੂਰੇ ਸਿਸਟਮ ਦੇ ਮੂੰਹ ਤੇ ਚਪੇੜ ਮਾਰ ਰਹੀਆਂ ਹਨ ਪੂਰੇ ਸਿਸਟਮ ਤੋਂ ਸਵਾਲ ਪੁੱਛ ਰਹੀਆਂ ਹਨ ਕਿ ਮਜ਼ਦੂਰ ਸੜਕਾਂ ਤੇ ਕਿਉਂ ਰੋੜ ਰਹੇ ਨੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ